ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨਿਰੂ ਬਿਚਰਮਾਨ, ਸਾਡੇ ਨਾਲ ਵਿਧਾਇਕ ਪ੍ਰਗਟ ਸਿੰਘ ਇੱਥੇ ਮੌਜੂਦ ਨੇ। ਅੱਜ ਦਾ ਮੁੱਦਾ ਸੀ ਬਹੁਤ ਅਹਿਮ ਸੀਗਾ, ਯੂਥ ਸਾਡਾ ਬਾਹਰ ਜਾ ਰਿਹਾ, ਅਤੇ ਰੂਸ ਦਾ ਜੇ ਤੁਸੀਂ ਜ਼ਿਕਰ ਕੀਤਾ ਉਹ ਕਾਫੀ ਅਹਿਮ ਮੁੱਦਾ ਸੀ। ਨਹੀਂ ਦੇਖੋ, ਜ਼ਬਰਦਸਤੀ ਉਹਨਾਂ ਨੂੰ ਉਹਦੇ ਵਿੱਚ ਜਿਹੜਾ ਹੈਗਾ ਉਹਨੂੰ ਧਕੇਲਿਆ ਗਿਆ ਹੈਗਾ। ਔਰ ਮੈਂ ਤਾਂ ਇਹ ਗਵਰਨਮੈਂਟ ਆਫ ਇੰਡੀਆ ਨਾਲ ਡਾਇਰੈਕਟਲੀ ਵੀ ਟਾਈ ਅਪ ਕੀਤਾ, ਔਰ ਇਹ ਜਲਦੀ ਤੋਂ ਜਲਦੀ ਜਿਹੜਾ ਯੂਥ ਆ ਸੇਫਲੀ ਆਪਣੇ ਘਰਾਂ ਦੇ ਵਿੱਚ ਜਿਹੜਾ ਵਾਪਸ ਆਉਣਾ ਚਾਹੀਦਾ। ਪ੍ਰਗਟ ਜੀ, ਕੀ ਲੱਗਦਾ ਕਿਉਂ ਲੋਕ ਵਾਰ ਵਾਰ ਜਾਗਰੂਕ ਕਰਦੇ ਨੇ, ਬਹੁਤ ਸਾਰੇ ਜਾਗਰੂਕਤਾ ਕੈਂਪ ਲੱਗਦੇ ਨੇ, ਫਿਰ ਵੀ ਸਾਡਾ ਯੂਥ ਜੇ ਬਾਹਰ ਜਾ ਰਿਹਾ? ਅਨਇੰਪਲੋਇਮੈਂਟ ਹੈ, ਅਨਇੰਪਲੋਇਮੈਂਟ ਹੈਗੀ ਆ, ਇਸ਼ੂ ਹੈਗਾ। ਵੈਸੇ ਤਾਂ ਇਹ ਫਸਟ ਵਰਲਡ ਕੰਟਰੀਜ਼ ਦੇ ਵਿੱਚ ਵੀ ਇਹ ਪ੍ਰੋਬਲਮ ਆ ਗਈ, ਕਿਉਂਕਿ ਅੱਜ ਦੀ ਤਰੀਕ 'ਚ ਹੋ ਕੀ ਰਿਹਾ, ਹਰ ਚੀਜ਼ ਹਿਊਮਨ ਲੈਸ ਹੋ ਰਹੀ ਆ, ਕਿਉਂਕਿ ਵਰਲਡ ਟੈਕਨੋਲੋਜੀ ਇੱਕ ਇਸ ਪਾਸੇ ਨੂੰ ਤੁਰ ਪਈ ਆ ਜਿਹਦੇ ਵਿੱਚ ਜਿਹੜਾ ਆ ਜਿਹੜੇ ਸਾਡੇ, ਕਿਉਂਕਿ ਐਂਡ ਆਫ ਦ ਡੇ ਜਿਹੜਾ ਬੰਦਾ ਪੈਦਾ ਹੋਇਆ ਉਹਨੇ ਖਾਣਾ ਵੀ ਉਹਨੇ ਡਿਸਪੋਜ਼ ਆਫ ਵੀ ਕਰਨਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਇਹਦੇ 'ਤੇ ਹੋਰ ਸੈਂਸਿਟਿਵ ਹੋਣ ਦੀ ਜ਼ਰੂਰਤ ਹੈ, ਸਾਨੂੰ ਐਜੂਕੇਸ਼ਨ ਦੇ ਵਿੱਚ ਬਦਲਾਅ ਦੀ ਜ਼ਰੂਰਤ ਹੈਗੀ ਆ, ਕਿਉਂਕਿ ਹੁਣ ਅਸੀਂ ਕਹੀਏ ਵੀ ਅਸੀਂ ਜਿਹੜੇ ਉਹ ਜਿਹੜੇ ਖਾਸ ਕਰਕੇ ਜਿਹੜੇ ਅਸੀਂ ਆਮ ਜਿਹੜੇ ਕੋਰਸਿਸ ਆ ਉਹਦੇ ਨਾਲ ਅਸੀਂ ਇੰਪਲੋਇਮੈਂਟ ਜਿਹੜੀ ਜਨਰੇਸ਼ਨ ਨਹੀਂ ਹੋ ਸਕਦੀ। ਮਤਲਬ ਯਾਨੀ ਕਿ ਤੁਸੀਂ ਚਾਹੁੰਦੇ ਹੋ ਕਿ ਜਦੋਂ ਸਕੂਲ ਟੈਕਨੀਕਲੀ ਐਜੂਕੇਸ਼ਨ ਜੇ ਆਇਆ ਕਰੇ, ਕਿਉਂਕਿ ਦੇਖੋ ਸਾਡਾ ਯੁਵਾ ਜਿਹੜਾ ਆ ਉਹ ਇਹ ਸੋਚਦਾ ਆ ਕਿ ਮੈਂ ਹੁਣ ਗ੍ਰੈਜੂਏਸ਼ਨ ਕਰ ਲਈ, ਮੈਂ ਪੋਸਟ ਗ੍ਰੈਜੂਏਸ਼ਨ ਕਰ ਲਈ ਅਤੇ ਹੁਣ ਮੈਨੂੰ ਨੌਕਰੀ ਮਿਲਣੀ ਚਾਹੀਦੀ। ਲੇਕਿਨ ਜਿਹੜਾ ਇੰਡਸਟਰੀ ਸੋਚਦਾ ਆ, ਇੰਡਸਟਰੀਸ ਕਹਿੰਦਾ ਆ ਕਿ ਮੈਨੂੰ ਉਹ ਬੱਚਾ ਨਹੀਂ ਮਿਲ ਰਿਹਾ ਜਿਹੜਾ ਮੇਰੀ ਇੰਡਸਟਰੀ ਨੂੰ ਅੱਗੇ ਲੈ ਕੇ ਤੁਰ ਸਕੇ। ਇਹਦਾ ਮਤਲਬ ਸਾਡੀ ਐਜੂਕੇਸ਼ਨ ਦੇ ਵਿੱਚ ਅਤੇ ਸਿਸਟਮ ਦੇ ਵਿੱਚ ਗੈਪ ਹੈ। ਜੇ ਸ਼ੁਭਕਰਨ ਦੀ ਪੋਸਟਮਾਰਟਮ ਰਿਪੋਰਟ ਵੀ ਆਈ ਹੈ, ਅਤੇ ਪੋਸਟਮਾਰਟਮ ਰਿਪੋਰਟ ਦੇ ਵਿਚਕਾਰ 6 ਛਰੇ ਜੇ ਨੇ ਉਹ ਦੱਸੇ ਗਏ ਨੇ, ਨਹੀਂ ਉਹ ਨਾਲੇ ਹੈੱਡ ਦੇ ਵਿੱਚ ਗੋਲੀ ਮਾਰੀ ਹੈਗੀ ਆ। ਮੈਨੂੰ ਲੱਗਦਾ ਦੇਖੋ ਸਰਕਾਰ ਤਾਂ ਬਿਲਕੁਲ ਸੁਰੰਡਰ ਕਰ ਗਈ, ਇੱਥੇ ਵਾਲੀ ਜਿਹੜੀ ਸਰਕਾਰ ਹੈ ਸਾਡੀ ਭਗਵੰਤ ਮਾਨ ਜੀ ਦੀ, ਉਹਨਾਂ ਨੇ ਤਾਂ ਟੋਟਲ ਸੁਰੰਡਰ ਕਰ ਦਿੱਤਾ ਹਰਿਆਣੇ ਕੋਲ ਵੀ ਅਤੇ ਦਿੱਲੀ ਕੋਲ ਵੀ, ਕਿਉਂਕਿ ਐਂਡ ਆਫ ਦ ਡੇ ਤੁਸੀਂ ਜ਼ੀਰੋ ਐੱਫ ਆਈ ਆਰ ਕਰਕੇ ਤੁਸੀਂ, ਅੱਛਾ ਉਹ ਐੱਫ ਆਈ ਆਰ ਵੀ, ਕਿਉਂਕਿ ਮੈਂ ਥੋੜ੍ਹਾ ਜਿਹਾ ਪੁਲਿਸ 'ਚ ਰਿਹਾ ਹਾਂ, ਬਿਲਕੁਲ ਉਸ ਐੱਫ ਆਈ ਆਰ ਦੇ ਵਿੱਚੋਂ ਕੁਛ ਨਹੀਂ ਨਿਕਲਣਾ, ਬਿਲਕੁਲ ਜਸਟਿਸ ਨਹੀਂ ਮਿਲਣਾ ਉਸ ਸਾਡੇ ਨੌਜਵਾਨ ਨੂੰ। ਇਸ ਮਸਲੇ 'ਤੇ ਤੁਸੀਂ ਜੇ ਸਾਬਕਾ ਆਈ ਜੀ ਨੇ ਕੁੰਵਰ ਵਿਜੇ ਪ੍ਰਤਾਪ, ਜੋ ਹੁਣ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ, ਉਸ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹ ਕਹਿੰਦੇ ਕਿ ਜਦ ਤੱਕ ਮੈਂ ਉਸ ਪੂਰੀ ਰਿਪੋਰਟ ਨੂੰ ਦੇਖ ਨਹੀਂ ਲੈਂਦਾ, ਐੱਫ ਆਈ ਆਰ ਨੂੰ ਨਹੀਂ ਦੇਖ ਲੈਂਦਾ, ਮੈਂ ਕੁਛ ਵੀ ਕਮੈਂਟ ਨਹੀਂ ਕਰ ਸਕਦਾ। ਚਲੋ ਉਹ ਤਾਂ ਉਹਨਾਂ ਦੀ ਆਪਣੀ ਐਕਸਪਰਟੀ ਹੈ। ਲੱਗਦਾ ਕਿ ਬਹਿਸ ਹੋਣੀ ਚਾਹੀਦੀ ਵਿਧਾਨ ਸਭਾ ਦੇ ਵਿੱਚ? ਬਿਲਕੁਲ ਹੋਣੀ ਚਾਹੀਦੀ, ਕਿਉਂ ਨਹੀਂ ਹੋਣੀ ਚਾਹੀਦੀ? ਮੈਨੂੰ ਲੱਗਦਾ ਸਾਰੇ ਤੱਤ ਜਿਹੜੇ ਆ ਵਿਧਾਨ ਸਭਾ 'ਚ ਰੱਖਣੇ ਚਾਹੀਦੇ ਆ। ਲੇਕਿਨ ਸਰਕਾਰ ਹਰ ਇਸ਼ੂ 'ਤੇ ਜਿਹੜੀ ਆ ਭੱਜਦੀ ਆ, ਡਰਾਮੈਟਿਕ ਐਕਚੁਲੀ ਕਰਕੇ ਮੈਨੂੰ ਲੱਗਦਾ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇਣਾ ਚਾਹੁੰਦੀ। ਮੈਂ 11 ਕੁਸ਼ਚਨ ਪਿਛਲੀ ਵਾਰੀ ਲਏ ਸੀ, 11 ਕੁਸ਼ਚਨ ਇਸ ਵਾਰੀ ਦਿੱਤੇ ਸੀ, ਇੱਕ ਦਾ ਆਨਸਰ ਨਹੀਂ ਦਿੱਤਾ, ਇੱਕ ਦਾ ਆਨਸਰ ਨਹੀਂ ਦਿੱਤਾ। ਸੋ ਇਹ ਤਾਂ ਇਹਨਾਂ ਦਾ ਬਿਹੇਵੀਅਰ ਹੈਗਾ, ਕਿਉਂਕਿ ਲੀਡਰ ਆਫ ਦਾ ਹਾਊਸ ਨੇ ਜਿਹੜਾ ਸਰਕਾਰ ਜਿਹੜਾ ਉਹ ਚਲਾਉਣਾ ਹੁੰਦਾ ਸੈਸ਼ਨ, ਪਰ ਬਦਕਿਸਮਤੀ ਇਹ ਆ ਕਿ ਉਹ ਇੰਨਾ ਐਗਰੈਸਿਵ ਰਹਿੰਦੇ ਆ, ਇੰਨਾ ਮਤਲਬ ਤੰਜ ਕੱਸਦੇ ਆ, ਮੈਨੂੰ ਲੱਗਦਾ ਬਹੁਤ ਹੋ ਗਿਆ। ਕਿਸੇ ਨੇ ਪਤਾ ਨਹੀਂ ਅੱਜ ਤੋਂ 50 ਸਾਲ ਪਹਿਲਾਂ ਕੀ ਕੀਤਾ ਹੋਊਗਾ, ਐਂਡ ਐਵਰੀਬਾਡੀ ਨਿਊ ਇਟ। ਹੁਣ ਤੁਸੀਂ ਬਦਲਾਅ ਦੇ ਰੂਪ ਦੇ ਵਿੱਚ ਆਏ ਆ, ਤੁਸੀਂ ਕਰੋ। ਜੇ ਆਪਾਂ ਇਹ ਸਾਰਾ ਕੁਛ ਫੋਲਦੇ ਰਹਾਂਗੇ, ਇੰਡੀਵਿਜੁਅਲ ਤੰਦ ਕੱਸਦੇ ਰਹਾਂਗੇ, ਤਾਂ ਫਿਰ ਪੰਜਾਬ ਦੀ ਗੱਲ ਕਦੋਂ ਹੋਊਗੀ? ਬਹੁਤ ਬਹੁਤ ਧੰਨਵਾਦ। ਅਤੇ ਵਿਧਾਇਕ ਭਗਤ ਸਿੰਘ ਦਾ ਕਹਿਣਾ ਕਿ ਟੈਕਨੀਕਲ ਐਜੂਕੇਸ਼ਨ ਜੇ ਹੈ ਉਹ ਹੋਣੀ ਚਾਹੀਦੀ ਹੈ, ਬਹੁਤ ਸਾਰੇ ਕੋਰਸਿਸ ਨੂੰ ਜੇ ਵੜਾਵਾ ਹੈ ਐਜੂਕੇਸ਼ਨ ਦੇ ਵਿਚਕਾਰ ਦੇਣਾ ਚਾਹੀਦਾ, ਤਾਂ ਕਿ ਉਹਨਾਂ ਕੋਰਸਾਂ ਦੇ ਕਰਕੇ ਜੇ ਹੈ ਨੌਕਰੀ ਨੌਜਵਾਨਾਂ ਮਿਲੀ। ਇਸ ਦੇ ਨਾਲ ਹੀ ਇਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਅਨਇੰਪਲੋਇਮੈਂਟ ਜੇ ਹੈ, ਬੇਰੁਜ਼ਗਾਰੀ ਬਹੁਤ ਵੱਡਾ ਜੇ ਹੈ ਅਸਰ ਹੈ, ਜਿਸ ਦੇ ਕਰਕੇ ਜੇ ਨੇ ਨੌਜਵਾਨ ਪੀੜ੍ਹੀ ਜੇ ਹੈ ਬਾਹਰ ਜਾਂਦੀ ਹੈ। ਤਾਂ ਸਭ ਤੋਂ ਵੱਡੀ ਗੱਲ ਹੈ ਕਿ ਰੂਸ ਦੇ ਵਿਚਕਾਰ ਫਸੇ ਨੌਜਵਾਨਾਂ ਦਾ ਮੁੱਦਾ ਜੇ ਹੈ ਅੱਜ ਵਿਧਾਨ ਸਭਾ ਦੇ ਵਿਚਕਾਰ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਚੱਕਿਆ ਗਿਆ। ਕੈਮਰਾਮੈਨ ਜਗਜੀਤ ਦੇ ਨਾਲ ਨਿਰੂ ਬਿਚਲਵਾਨ, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਭ ਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ।
ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।